ਈਰਾਨ ਦੀ ਇੱਕ ਅਦਾਲਤ ਨੇ ਇੱਕ ਪ੍ਰਸਿੱਧ ਰੈਪਰ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਰੈਪਰ ਦੇ ਵਕੀਲ ਨੇ ਇਸ ਸਜ਼ਾ ਨੂੰ ਸਭ ਤੋਂ ਅਜੀਬ ਨਿਆਇਕ ਕਾਰਵਾਈ ਦੱਸਿਆ। ਇਹ ਸਜ਼ਾ ਤੁਮਾਜ ਸਲੇਹੀ ਨਾਮ ਦੇ ਰੈਪਰ ਨੂੰ ਸੁਣਾਈ ਗਈ ਹੈ। ਉਹਨਾਂ ਉੱਤੇ ਸਾਲ 2022-23 ਵਿੱਚ 22 ਸਾਲਾ ਕੁਰਦਿਸ਼ ਔਰਤ ਦੀ ਪੁਲਿਸ ਹਿਰਾਸਤ ਵਿੱਚ ਮੌਤ ਤੋਂ ਬਾਅਦ ਮੁਲਕ ਭਰ ਵਿੱਚ ਹੋਏ ਵਿਰੋਧ ਪ੍ਰਦਰਸ਼ਨ ਨਾਲ ਜੁੜੇ ਇਲਜ਼ਾਮ ਸਨ। 22 ਸਾਲਾ ਔਰਤ ਨੂੰ ਕਥਿਤ ਤੌਰ ਉੱਤੇ ਹਿਜਾਬ ਨਿਯਮਾਂ ਦੀ ਉਲੰਘਣਾ ਦੇ ਇਲਜ਼ਾਮ ਤਹਿਤ ਹਿਰਾਸਤ ਵਿੱਚ ਲਿਆ ਗਿਆ ਸੀ। ਸਲੇਹੀ ਦੇ ਵਕੀਲ ਨੇ ਇਹ ਐਲਾਨ ਕੀਤਾ ਕਿ ਉਹ ਇਸ ਫੈਸਲੇ ਦੇ ਵਿਰੋਧ ਵਿੱਚ ਪਟੀਸ਼ਨ ਪਾਉਣਗੇ। ਅਦਾਲਤ ਨੇ ਇਸ ਗੱਲ ਦਾ ਸੰਕੇਤ ਦਿੱਤਾ ਕਿ ਮੌਤ ਦੀ ਸਜ਼ਾ ਨੂੰ ਘਟਾ ਕੇ ਲੰਬੀ ਜੇਲ੍ਹ ਵਿੱਚ ਤਬਦੀਲ ਕੀਤਾ ਜਾ ਸਕਦਾ। ਇਸ ਦੀ ਵਜ੍ਹਾ ਸਲੇਹੀ ਵੱਲੋਂ ਇਸ ਮਾਮਲੇ ਵਿੱਚ ਸਹਿਯੋਗ ਅਤੇ ਉਸ ਨੂੰ ਹੋਏ ਅਫਸੋਸ ਨੂੰ ਦੱਸਿਆ ਗਿਆ। ਇਸ ਦੇ ਬਾਵਜੂਦ ਇਸ ਫੈਸਲੇ ਦਾ ਈਰਾਨ ਅਤੇ ਕੌਮਾਂਤਰੀ ਪੱਧਰ ਉੱਤੇ ਵਿਰੋਧ ਹੋ ਰਿਹਾ। ਤੇਤੀ ਸਾਲਾ ਤੁਮਾਜ ਈਰਾਨ ਦੇ ਪ੍ਰਸਿੱਧ ਰੈਪਰਾਂ ਵਿੱਚੋਂ ਇੱਕ ਹਨ। ਆਪਣੇ ਬਚਪਨ ਤੋਂ ਹੀ ਉਹ ਆਪਣੇ ਪਰਿਵਾਰ ਨਾਲ ਕੇਂਦਰੀ ਈਰਾਨ ਦੇ ਇਸਫਹਾਨ ਸੂਬੇ ਵਿੱਚ ਰਹਿੰਦੇ ਹਨ। ਉਹਨਾਂ ਦੇ ਪਿਤਾ ਨੇ 8 ਸਾਲ ਸਿਆਸੀ ਕੈਦੀ ਵਜੋਂ ਜੇਲ੍ਹ ਕੱਟੀ। ਤੁਮਾਜ ਆਪਣੇ ਪਰਿਵਾਰ ਦਾ ਵਪਾਰ ਵੀ ਸਾਂਭਦੇ ਹਨ। ਇਹ ਵਪਾਰ ਡਿਜ਼ਾਈਨ ਅਤੇ ਮੈਡੀਕਲ ਖੇਤਰ ਨਾਲ ਜੁੜੇ ਪੁਰਜ਼ੇ ਬਣਾਉਣ ਦਾ ਹੈ। ਉਹਨਾਂ ਨੇ 24 ਸਾਲ ਦੀ ਉਮਰ ਵਿੱਚ ਰੈਪ ਗਾਉਣਾ ਸ਼ੁਰੂ ਕੀਤਾ ਸੀ। ਉਹਨਾਂ ਦੇ ਗੀਤਾਂ ਦੇ ਬੋਲ ਮੁੱਖ ਤੌਰ ਉੱਤੇ ਭੇਦਭਾਵ, ਗਰੀਬੀ ਅਤੇ ਭ੍ਰਿਸ਼ਟਾਚਾਰ ਜਿਹੇ ਵਿਸ਼ਿਆਂ ਉੱਤੇ ਹੁੰਦੇ ਹਨ। ਉਹਨਾਂ ਦੇ ਇੱਕ ਰੈਪਰ ਵਜੋਂ ਮਸ਼ਹੂਰ ਹੋਣ ਤੋਂ ਪਹਿਲਾਂ ਸਲੇਹੀ ਨੂੰ ਅਮਰੀਕੀ ਡਾਲਰ ਦੀ ਤਸਵੀਰ ਵਾਲੀ ਇੱਕ ਟੀ ਸ਼ਰਟ ਪਾਉਣ ਦੇ ਲਈ ਗ੍ਰਿਫਤਾਰ ਕੀਤਾ ਗਿਆ ਸੀ। 2022-23 ਦੇ ਰੋਸ ਪ੍ਰਦਰਸ਼ਨਾਂ ਦੌਰਾਨ ਉਹਨਾਂ ਨੂੰ ਬਾਏ ਅ ਮਾਊਸ ਹੋਲ ਟੂ ਹਾਈਡ ਨਾਮ ਦਾ ਗੀਤ ਗਾਉਣ ਦੇ ਲਈ ਗ੍ਰਿਫਤਾਰ ਕੀਤਾ ਗਿਆ ਸੀ। ਇਸ ਗੀਤ ਵਿੱਚ ਉਹਨਾਂ ਨੇ ਇਸਲਾਮਿਕ ਗਣਤੰਤਰ ਦੀਆਂ ਨੀਤੀਆਂ ਦਾ ਵਿਰੋਧ ਕੀਤਾ ਸੀ। ਇਸ ਦੇ ਨਾਲ ਹੀ ਉਹਨਾਂ ਨੇ ਈਰਾਨੀ ਰਾਜ ਦੇ ਹਮਾਇਤੀਆਂ ਨੂੰ ਵੀ ਨਿਸ਼ਾਨਾ ਬਣਾਇਆ ਸੀ। ਇਸ ਤੋਂ ਬਾਅਦ ਉਹਨਾਂ ਨੂੰ ਜ਼ਮਾਨਤ ਉੱਤੇ ਰਿਹਾਅ ਕਰ ਦਿੱਤਾ ਗਿਆ ਸੀ। ਈਰਾਨ ਦਾ ਵਿਰੋਧ ਕਰਨ ਦੇ ਉਹਨਾਂ ਦੇ ਹੌਂਸਲੇ ਕਰਕੇ ਕਈ ਮੁਲਕਾਂ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਗਿਆ। ਉਦਾਹਰਨ ਵਜੋਂ ਇਟਲੀ ਦੇ ਫਲੋਰੈਂਸ ਸ਼ਹਿਰ ਨੇ ਉਹਨਾਂ ਨੂੰ ਆਨਰੇਰੀ ਸਿਟੀਜ਼ਨ ਵਜੋਂ ਚੁਣਿਆ। ਪਿਛਲੀਆਂ ਗਰਮੀਆਂ ਵਿੱਚ ਗਲੋਬਲ ਮਿਊਜ਼ਿਕ ਅਵਾਰਡਸ ਇੰਸਟੀਟਿਊਟ ਨੇ ਸਲੇਹੀ ਨੂੰ ਡਿਵੀਨੇਸ਼ਨ ਗੀਤ ਲਈ ਇੱਕ ਪੁਰਸਕਾਰ ਦਿੱਤਾ। ਤੁਮਾਜ ਦੀ ਮੌਤ ਦੀ ਸਜ਼ਾ ਦੇ ਐਲਾਨ ਤੋਂ ਬਾਅਦ ਸਲੇਹੀ ਦੇ ਸਮਰਥਕਾਂ ਨੇ ਤਹਿਰਾਨ ਦੇ ਇੱਕ ਹਾਈਵੇ ਦੇ ਪਾਰ ਪੈਦਲ ਪੁਲ ਉੱਤੇ ਇੱਕ ਬੋਰਡ ਲਗਾਇਆ, ਜਿਸ ਨੂੰ ਵੱਡੇ ਪੱਧਰ ਉੱਤੇ ਪ੍ਰਚਾਰਿਆ ਗਿਆ। ਦੋ ਹਜ਼ਾਰ 22 ਵਿੱਚ ਮਹਿਸਾ ਅਮੀਨੀ ਦੀ ਹਿਰਾਸਤ ਵਿੱਚ ਹੋਈ ਮੌਤ ਤੋਂ ਬਾਅਦ ਸ਼ੁਰੂ ਹੋਏ ਰੋਸ ਮੁਜ਼ਾਹਰਿਆਂ ਦੇ ਤੁਰੰਤ ਬਾਅਦ ਸਲੇਹੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਉੱਤੇ ਇੱਕ ਵੀਡੀਓ ਸੰਦੇਸ਼ ਸਾਂਝਾ ਕੀਤਾ, ਜਿਸ ਵਿੱਚ ਸ਼ਾਸਨ ਦਾ ਸਾਹਮਣਾ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ ਗਿਆ। ਗ੍ਰਿਫਤਾਰੀ ਦੇ ਡਰੋਂ ਉਹ ਲਗਭਗ 2 ਮਹੀਨੇ ਲੁਕੇ ਰਹੇ, ਪਰ ਸੁਰੱਖਿਆ ਬਲਾਂ ਨੇ ਆਖਿਰਕਾਰ ਉਹਨਾਂ ਨੂੰ ਲੱਭ ਲਿਆ ਅਤੇ ਗ੍ਰਿਫਤਾਰ ਕਰ ਲਿਆ। ਰਿਪੋਰਟਾਂ ਮੁਤਾਬਕ ਸਲੇਹੀ ਅਤੇ ਉਸਦੇ ਸਾਥੀਆਂ ਦੀ ਗ੍ਰਿਫਤਾਰੀ ਦੌਰਾਨ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਗਈ ਸੀ। ਗ੍ਰਿਫਤਾਰੀ ਤੋਂ ਬਾਅਦ ਦੀਆਂ ਤਸਵੀਰਾਂ ਵਿੱਚ ਸਲੇਹੀ ਨੂੰ ਗੰਭੀਰ ਸੱਟਾਂ ਨਾਲ ਦੇਖਿਆ ਗਿਆ, ਜਿਸ ਨਾਲ ਵਿਸ਼ਵ ਵਿਆਪੀ ਰੋਸ ਅਤੇ ਨਿੰਦਾ ਹੋਈ। 250 ਤੋਂ ਵੱਧ ਦਿਨਾਂ ਦੀ ਇਕਾਂਤ ਕੈਦ ਅਤੇ 1 ਸਾਲ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਸਲੇਹੀ ਨੂੰ ਅੰਤ ਵਿੱਚ ਨਵੰਬਰ 2023 ਵਿੱਚ ਜ਼ਮਾਨਤ ਉੱਤੇ ਰਿਹਾਅ ਕਰ ਦਿੱਤਾ ਗਿਆ। ਹਾਲਾਂਕਿ ਸਿਰਫ 12 ਦਿਨਾਂ ਬਾਅਦ ਉਹਨਾਂ ਨੂੰ ਦੁਬਾਰਾ ਗ੍ਰਿਫਤਾਰ ਕੀਤਾ ਗਿਆ ਅਤੇ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਸ਼ੁਰੂ ਵਿੱਚ ਈਰਾਨ ਦੀ ਨਿਆਂਪਾਲਿਕਾ ਨੇ ਦਾਅਵਾ ਕੀਤਾ ਕਿ ਸਲੇਹੀ ਨੂੰ ਝੂਠੀਆਂ ਗੱਲਾਂ ਫੈਲਾਉਣ ਲਈ ਦੁਬਾਰਾ ਗ੍ਰਿਫਤਾਰ ਕੀਤਾ ਗਿਆ ਸੀ। ਅਜਿਹਾ ਸਲੇਹੀ ਦੀ ਗ੍ਰਿਫਤਾਰੀ, ਪੁੱਛਗਿੱਛ ਅਤੇ ਨਜ਼ਰਬੰਦੀ ਵਿੱਚ ਸ਼ਾਮਲ ਲੋਕਾਂ ਦੇ ਖਿਲਾਫ ਤਸ਼ੱਦਦ ਦੀ ਰਸਮੀ ਸ਼ਿਕਾਇਤ ਤੋਂ ਬਾਅਦ ਹੋਇਆ ਸੀ।